ਬੀਤੇ ਕਈ ਦਿਨਾਂ ਤੋਂ ਫਰੀਦਕੋਟ ਅੰਦਰ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ ਨੂੰ ਲਗਾਮ ਲਗਾਉਣ ਦੇ ਲਈ ਜ਼ਿਲ੍ਹਾ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਪੂਰ ਪੈਂਦਾ ਵਿਖਾਈ ਦੇਣ ਲੱਗਿਆ। ਜ਼ਿਲ੍ਹਾ ਪੁਲਿਸ ਨੇ ਅੱਜ ਵੱਖ-ਵੱਖ 3 ਮਾਮਲਿਆਂ ਦੇ ਵਿੱਚ ਜਿੱਥੇ 5 ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਉੱਥੇ ਹੀ 155 ਪੇਟੀਆਂ ਨਜਾਇਜ਼ ਦੇਸ਼ੀ ਸ਼ਰਾਬ, 400 ਨਸ਼ੀਲੀਆਂ ਗੋਲੀਆਂ, 4 ਗ੍ਰਾਮ ਹੈਰੋਇਨ ਅਤੇ 1,32,000 ਰੁਪਏ ਨਕਦ ਵਸੂਲ ਕਰਨ ਦੇ ਨਾਲ ਨਾਲ ਮਹਿਜ਼ 24 ਘੰਟੇ ਪਹਿਲਾਂ ਚੋਰੀ ਕੀਤੀ ਗਈ ਨਵੀਂ ਬ੍ਰਿਜ਼ਾ ਕਾਰ ਵੀ ਬਰਾਮਦ ਕਰ ਲਈ ਹੈ। ਫਰੀਦਕੋਟ ਦੇ ਨਵ ਨਿਯੁਕਤ ਐਸਪੀ ਇਨਵੈਸਟੀਗੇਸ਼ਨ ਨੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ। ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਨਸ਼ੇ ਦੇ ਧੰਦੇ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਹਨਾਂ ਕੋਲ ਅਸੀਂ 5 ਗ੍ਰਾਮ ਹੀਰੋਇਨ, 400 ਗੋਲੀਆਂ ਨਸ਼ੀਲੀਆਂ ਤੇ 1,32,000 ਰੁਪਏ ਕੈਸ਼ ਬਰਾਮਦ ਕੀਤਾ ਹੈ, ਜਿਹੜੇ ਕਿ ਕਾਰ ਵਿੱਚ ਸਵਾਰ ਸੀਗੇ ਤੇ ਕਾਰ ਵੀ ਬਰਾਮਦ ਹੋਈ ਹੈ। 2 ਦੋਸ਼ੀਆਂ ਨੂੰ ਸੋਨੂੰ ਤੇ ਘੁੱਦੂ, ਬਲਜੀਤ ਸਿੰਘ ਘੁੱਦੂ, ਇਹਨਾਂ ਨੂੰ ਕੈਂਟਰ ਸਵੇਰੇ ਗ੍ਰਿਫਤਾਰ ਕੀਤਾ। ਇਹਨਾਂ ਪਾਸੋਂ ਕੁੱਲ 185 ਪੇਟੀਆਂ ਜਾਂ ਸ਼ਰਾਬ ਦੇਸੀ ਬਰਾਮਦ ਹੋਈ ਹੈ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੀਤੀ ਜਾ ਰਹੀ ਹੈ।